ਅੱਲੈਕੁਮ ਅਲੈਕੁਮ ਨਾਜ਼ਰੀਨ ਮੇਰਾ ਨਾਮ ਮੁਹੰਮਦ ਇਸ਼ਵਾਕਾ ਹੋਰ ਤੁਸੀਂ ਦੇਖ ਰਹੇ ਜੀ ਸਾਡਾ YouTube ਚੈਨਲ ਐਗਰੀ 786 ਨਾਜ਼ਰੀਨ ਇਸ ਵੀਡੀਓ ਦੇ ਵਿੱਚ ਮੈਂ ਦੋਸਤਾਂ ਦੇ ਜਿਹੜਾ ਕਿ ਇਹ ਸੂਰਤਿ ਹਾਲ ਮੱਕਈ ਦੀ ਆ ਰਹੀ ਹੈ ਜਿੰਦੇ ਅੰਦਰ ਮੱਕਈ ਇਸ ਟਾਈਮ ਛੱਲੀ ਜਿਹੜੀ ਬਣਾ ਰਹੀ ਹੈ ਔਰ ਇਹਦੇ ਮੁਕੰਮਲ ਟੈਸਲ ਜਿਹੜੇ ਨੇ ਬਾਹਰ ਆ ਚੁੱਕੇ ਨੇ ਇਸ ਤੇ ਥੋੜਾ ਜਿਆਦਾ ਅਸੀਂ ਰੋਸ਼ਨੀ ਪਾਣਾ ਚਾਹਾਂਗੇ ਕਿ ਇਸ ਵਕਤ ਦੇ ਵਿੱਚ ਜ਼ਿਮੀਂਦਾਰ ਜਿਹੜਾ ਨਾ ਉਹ ਥੋੜਾ ਖਿਆਲ ਕੰਮ ਕਰਦਾ ਹੈ ਲਿਹਾਜ਼ਾ ਇਹਦੇ ਤੇ ਅਸੀਂ ਗੌਰ ਕਰਾਣਾ ਚਾਹਾਂਗੇ ਕਿ ਇੱਥੇ ਜਿਸ ਟਾਈਮ ਇਹ ਟਿਊਬ ਕੱਢਦੀਆਂ ਨੇ ਨਾ ਛੱਲੀ ਜਿसरी ਟਿਊਬ ਲੈਂਦੀ ਏ ਉਸ ਦੇ ਅੰਦਰ ਕੀੜੇ ਦਾ ਜਿਹੜਾ ਮਸਲਾ ਹੈ ਉਹ ਸ਼ੁਰੂ ਹੋ ਜਾਂਦਾ ਤੇ ਲਿਹਾਜ਼ਾ ਇਸ ਜਿਹੜੀ ਹਾਲਤ ਹੈ ਨਾ ਇਹਨੂੰ ਮਦੇ ਨਜ਼ਰ ਰੱਖਦੇ ਹੋਇਆ ਤੁਸੀਂ ਇਤਿਹਾਤੀ تدابیر ਜਿਹੜੀਆਂ ਨੇ ਨਾ ਉਹ ਜ਼ਰੂਰ ਅਪਣਾਉਣੀਆਂ ਨੇ ਉਹਦੇ ਵਿੱਚ ਆਂਤੇ ਜਦੋਂ ਕੀੜੇ ਦਾ ਮਸਲਾ ਬਣੇਗਾ ਤੇ ਉਹ ਕੀ ਕਰੇਗਾ ਇਹ ਟਿਊਬ ਨੂੰ ਕੱਟ ਦੇਗਾ ਜਦੋਂ ਟਿਊਬ ਕੱਟੀ ਜਾਏਗੀ ਉਹਦੇ ਛੱਲੀ ਤੇ ਦਾਣੇ ਤੇ ਦਾ ਜਿਹੜੀ ਹੈ ਨਾ ਉਹ ਕਮ ਹੋ ਜਾਏਗੀ ਔਰ ਜਿੰਦੇ ਚ ਬਾਅਦ ਸਾਨੂੰ ਮਸਲਾ ਫਿਰ ਬਣਦਾ ਹੈ ਕਿ ਜਨਾਬ ਪੈਦਾਵਾਰ متاثر ਹੋਈ ਹੈ ਜੀ ਉਹ ਕੀ ਬਣਿਆ ਜੀ ਸੁੰਡੀ ਪੈ ਗਈ ਲਿਆਜਾ ਇਥੇ ਸੁੰਡੀ ਦਾ ਤਦਾਰਕ ਅਗਰ ਤੁਸੀਂ ਕਰ ਲਓਗੇ ਇਨਸ਼ਾਅੱਲਾ ਤੁਹਾਡੀ ਪੈਦਾਵਾਰ ਇਹ ਸੁੰਡੀ ਦੀ ਵਜ੍ਹਾ ਤੋਂ ਨਹੀਂ ਕਮ ਹੋਵੇਗੀ ਦੂਸਰੇ ਨੰਬਰ ਤੇ ਨੁਕਸਾਨ ਇਹ ਹੁੰਦਾ ਹੈ ਕਿ ਛੱਲੀ ਦਾ ਜਿਹੜਾ ਸਟਾਰਟ ਵਾਲਾ ਹਿੱਸਾ ਹੈ ਉਹ ਸੁੰਡੀ ਖਾ ਜਾਂਦੀ ਜਿੰਦੀ ਵਜ੍ਹਾ ਤੋਂ ਫਿਰ ਛੇਕਰ ਤੇ ਸਾਨੂੰ ਦਾਣਿਆਂ ਦੀ ਰੇਸ਼ੋ ਤੇ ਫਿਰ ਮਸਲਾ ਬਣਦਾ ਹੈ ਕਿ ਪੈਦਾਵਾਰ ਕਮ ਹੋਈ ਲਿਆਜਾ ਟੈਸਲ ਨਿਕਲਦੇ ਹੋਏ ਔਰ ਛੱਲੀ ਚੀਰਦੀ ਹੋਈ ਇਸ ਵਕਤ ਦੇ ਵਿੱਚ ਸਾਨੂੰ ਜਿਹੜਾ ਇਤਿਆਤੀ ਤੌਰ ਤੇ ਸਾਈਡ ਬਾਰਡਰ ਲਾਜ਼ਮੀ ਸਪਰੇ ਕੀਤਾ ਕਰੋ ਤਾਂ ਕਿ ਸਾਈਡ ਤੇ ਬਾਰਡਰ ਤੇ ਸਪਰੇ ਹੋਇਆ ਹੋਇਆ ਤਕਰੀਬਨ 7-8 ਫੁੱਟ ਤੱਕ ਉਮਾਰ ਕਰਦਾ ਜਿਹੜਾ ਇਸ ਟੈਂਪਰੇਚਰ ਵਾਲੀ ਮਸ਼ੀਨ ਚੱਲੀ ਹੋਈ ਹੈ ਉਹਦੇ ਨਾਲ ਅਗਰ ਤੁਸੀਂ ਸਾਈਡ ਤੋਂ ਸਪਰੇ ਕਰੋਗੇ 7-8 ਫੁੱਟ ਤੱਕ ਮਹਫੂਜ਼ ਹੋ ਜਾਏਗਾ ਹਮੇਸ਼ਾ ਵਾਸਤੇ ਕਿਸੇ ਫਸਲ ਨੂੰ ਜਦੋਂ ਬਿਮਾਰੀ ਪੈਂਦੀ ਹੈ ਸੁੰਡੀ ਦਾ ਮਸਲਾ ਬੰਦਾ ਹੈ ਤੇ ਉਹ ਸਾਈਡ ਤੋਂ ਹੀ ਮਸਲਾ ਬੰਦਾ ਹੈ ਲਿਆਜ਼ਾ ਸਾਈਡ ਆਪਣੀ ਕਵਰ ਰੱਖਣੀ ਹੈ ਤੇ ਇਨਸ਼ਾਅੱਲਾ ਤੁਸੀਂ ਸੁੰਡੀ ਦੇ ਮਸਲੇ ਤੋਂ ਮਹਫੂਜ਼ ਰਹੋਗੇ ਅਸੀਂ ਨੈਕਸਟ ਵੀਡੀਓ 'ਚ ਮਿਲਾਂਗੇ ਇਨਸ਼ਾਅੱਲਾ ਤੁਹਾਨੂੰ ਅਸਲਾਮੁਅਲੈਕੁਮ ਵਰਹਿਮਤੁਲਲਾਹ ਵਬਰਕਾਤੁਹ